ਪਰ ਸਹੀ ਤਰ੍ਹਾਂ ਦਬਾਏ ਦਸ ਦਸ ਰੋਟੀਆਂ ਖਾ ਜਾਂਦੇ ਨੇ ਅੱਪਾ ਸ਼ਬਾ ਵਾਪਸ ਆ ਰਹੀ ਹੈ ਹਲੇ ਦੋ ਤਿੰਨ ਦਿਨ ਤੇ ਹੋਏ ਨੇ ਉਹਨੂੰ ਆਈ ਨੂੰ ਨਹੀਂ ਪੁੱਤਰ ਮਿਹਨਤ ਕਰ ਰਹੀ ਸੀ ਮੈਂ ਦੋ ਚਾਰ ਦੇ ਹੋਰ ਰਹਿਣਾ ਇਹ ਵੀ ਮੁਸੀਬਤ ਆ ਗਈ ਨਹੀਂ ਮੇਰਾ ਪੁੱਤਰ ਹੈ ਤੇਰਾ ਚਾਚਾ ਅਸਲਾਮ ਅਲੈਕਮ ਵਾਲੇਕਮ ਸਲਾਮ ਕੀ ਹਾਲ ਹੈ ਅੱਲਾ ਦਾ ਸ਼ੁਕਰ ਹੈ ਭਰਾਵਾ ਤੂੰ ਸੁਣਾ ਤੇਰੀ ਤੀ ਸਭੋ ਚਲੀ ਗਈ ਕਿ ਇੱਥੇ ਹੀ ਹੈ ਨਹੀਂ ਇੱਥੇ ਹੀ ਹੈ ਅੱਛਾ ਹਾਂ ਮੈਂ ਤੇ ਕਹਿੰਦਾ ਬਸ ਕਰ ਤਲੀਮ ਨੂੰ ਔਰ ਜਿੰਨਾ ਪੜਾ ਬੈਠਾ ਬਹੁਤ ਹੁਣ ਤਾਂ ਵਿਆਹ ਕਰਦੇ ਮਾਸ਼ਾਅੱਲਾ ਵੱਡੀ ਸਾਰੀ ਹੋ ਗਈ ਏ ਚਾਚਾ ਤੈਨੂੰ ਸਾਡੀ ਤਲੀਮ ਨਾਲ ਕੀ ਤਕਲੀਫ ਹੈ ਹਰ ਵੇਲੇ ਚੁਗਲੀਆਂ ਸ਼ਿਕਾਇਤਾਂ ਚੁੱਕ ਕੇ ਆ ਜਾਣਾ ਔਰ ਤੁਹਾਡੇ ਫਾਇਦੇ ਵਾਸਤੇ ਕਰਨਾ ਮੈਂ ਕੋ ਆਪਣੇ ਫਾਇਦੇ ਵਾਸਤੇ ਕਰ ਰਿਹਾ ਹੁਣ ਤੈਨੂੰ ਕੀ ਤਕਲੀਫ ਹੈ ਸ਼ਬਾ ਛੁੱਟੀ ਤੇ ਆਈ ਏ ਹੁਣ ਦੁਬਾਰਾ ਜਾ ਰਹੀ ਪੜਨ ਵਾਸਤੇ ਤੈਨੂੰ ਕੋ ਮਸਲਾ ਕੀ ਔਰ ਮੇਰੀ ਗੱਲ ਸੁਣੋ ਬਸ ਕਰ ਤਲੀਮ ਨੂੰ ਔਰ ਮੈਨੂੰ ਪਤਾ ਹੁਣ ਉਹ ਕਾਲਜਾਂ ਤੇ ਹੋਸਟਾਂ ਦੇ ਹਾਲਾਤ ਨਹੀਂ ਰਹਿ ਗਏ ਔਰ ਮੈਨੂੰ ਪਤਾ ਮੈਂ ਵੇਖ ਰਿਹਾ ਤੂੰ ਦੂਰ ਵੀ ਲਾਈ ਬੈਠਾ ਵੇਖ ਰਿਹਾ ਔਰ ਮੇਰੀ ਗੱਲ ਸੁਣ ਹੁਣ ਉਹ ਹਾਲਾਤ ਨਹੀਂ ਰਹਿ ਗਏ ਔਰ ਬਹੁਤ ਹਾਲਾਤ ਖਰਾਬ ਹੋ ਗਏ ਨੇ ਕਾਲਜਾਂ ਯੂਨੀਵਰਸਿਟੀਆਂ ਤੇ ਹੋਸਟਲਾਂ ਦੇ ਆਪਣੀ ਧੀ ਦਾ ਵਿਆਹ ਕਰ ਦੇ ਔਰ ਕੁਛ ਨਹੀਂ ਹੁੰਦਾ ਪੜਨ ਦੇ ਜੇ 16 ਪਾਸ ਕਰੇਗੀ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਨਹੀਂ ਨਾ ਮੰਨ ਰਿਹਾ ਤੂੰ ਇੱਕ ਦਿਨ ਨਤੀਜਾ ਚੁੱਕੇਗਾ ਤੂੰ ਆਪਣੀ ਔਲਾਦ ਨੂੰ ਕੀ ਕਰਾਇਆ ਮੈਂ ਆਪਣੀ ਧੀਆਂ ਨੂੰ ਔਰ ਕੁਰਾਨ ਮਜੀਦ ਪੜਾਇਆ ਕੁਰਾਨ ਮਜੀਦ ਅਲਹਮਦੁਲਿਲਾ ਮੈਂ ਵੀ ਆਪਣੀ ਧੀ ਨੂੰ ਕੁਰਾਨ ਪਾਕ ਪੜਾਇਆ ਹੈ ਆਲਾ ਤਾਲੀਮ ਕਰਨ ਵਾਸਤੇ ਭੇਜਿਆ ਬਾਹਰ ਔਰ ਗੱਲ ਸੁਣੋ ਕੁਰਾਨ ਮਜੀਦ ਤੋਂ ਉੱਤੇ ਆਲਾ ਤਾਲੀਮ ਕੋਈ ਨਹੀਂ ਹੈਗੀ ਗੱਲ ਸੁਣ ਲੈ ਮੇਰੀ ਗੌਰ ਨਾਲ ਉਹ ਤੇਰੀ ਗੱਲ ਠੀਕ ਹੈ ਪਰ ਮਾਸ਼ਰੇ ਮਾਹੌਲ ਨੂੰ ਵੇਖਣਾ ਪੈਂਦਾ ਹੈ ਔਰ ਗੱਲ ਸੁਣੋ ਹੁਣ ਉਹ ਹਾਲਾਤ ਨਹੀਂ ਰਹਿ ਗਿਆ ਗੁੱਲੂ ਮੋਚੀ ਨਹੀਂ ਗੁੱਲੂ ਮੋਚੀ ਉਹਨੇ ਆਪਣੀ ਧੀ ਨੂੰ ਭੇਜਿਆ ਸੀ ਪੜਨ ਵਾਸਤੇ ਉੱਥੇ ਜਾ ਕੇ ਨਸ਼ੇ ਕਰਨ ਲੱਗ ਗਈ ਸੀ ਨਸ਼ਾ ਕਰਨ ਲੱਗ ਪਈ ਸੀ ਹਾਂ ਓਏ ਅੱਗੇ ਸੁਣੋ ਉਹ ਜ਼ੁੱਲਾ ਮੋਹਣਾ ਨਹੀਂ ਜ਼ੁੱਲਾ ਮੋਹਣਾ ਉਹਨੇ ਜ਼ਮੀਨਾਂ ਵੇਚ ਕੇ ਆਪਣੀ ਧੀ ਨੂੰ ਪੜਨ ਭੇਜਿਆ ਸੀ ਤੇ ਉੱਥੇ ਕਿਸੇ ਮੁੰਡੇ ਨਾਲ ਭੱਜ ਗਈ ਸੀ ਤੇ ਉਹਦੇ ਮੰਗੇਤਰ ਨੇ ਖੁਦਕੁਸ਼ੀ ਕਰ ਲਈ ਸੀ ਖੁਦਕੁਸ਼ੀ ਓਏ ਹੋਏ ਹੋਏ ਅੱਬਾ ਇਹ ਤੇ ਤੈਨੂੰ ਐਵੇਂ ਡਰਾਈ ਬੈਠਾ ਉਹ ਵੇਖ ਛੱਬੋ ਭੈਣ ਤਿਆਰੀ ਕਰਕੇ ਆ ਵੀ ਗਈ ਏ ਅੱਛਾ ਬਜੀ ਮੈਂ ਚੱਲੀ ਆ ਮੇਰੀ ਟ੍ਰੇਨ ਦਾ ਟਾਈਮ ਹੋ ਗਿਆ ਮੇਰਾ ਪੁੱਤਰ ਤੂੰ ਤਾਂ ਕਹਿ ਰਹੀ ਸੀ ਕਿ ਮੈਂ ਦੋ ਦੇ ਹੋਰ ਰਹਿਣਾ ਅੱਬਾ ਜੀ ਟਾਈਮ ਹੋ ਗਿਆ ਬਸ ਚੱਲੀ ਆ ਸਟੇਸ਼ਨ ਤੇ ਮੈਂ ਤੇ ਕੱਲੀ ਜਾ ਰਹੀ ਏ ਹਾਂ ਤੇ ਕੀ ਹੋਇਆ ਓ ਨਹੀਂ ਪੁੱਤਰ ਕੱਲਿਆ ਤੂੰ ਨਹੀਂ ਜਾਣਾ ਐ ਤਾਂ ਬਸ ਸਟੇਸ਼ਨ ਨਾਲ ਮੈਂ ਕੱਲੀ ਚਲੀ ਜਾਾਂਗੀ ਭੇਜ ਦੇ ਕੱਲੀ ਭੇਜ ਦੇ ਕੱਲੇ ਨਹੀਂ ਜਾਣਾ ਓ ਛੋਟੂ ਮੋਟੂ ਜੀ ਮਾਰ ਸਾਹਿਬ ਇਹਦੇ ਨਾਲ ਜਾਓ ਸਟੇਸ਼ਨ ਤੇ ਛੱਡ ਕੇ ਆਵਣਾ ਤੇ ਜਦੋਂ ਗੱਡੀ ਕਰਨਾ ਕੂ ਉਹ ਤਾਂ ਵਾਪਸ ਆਣਾ ਠੀਕ ਹੈ ਮਾਰ ਸਾਹਿਬ ਅੱਬਾ ਜੀ ਮੈਂ ਕੱਲੀ ਚਲੀ ਜਾਾਂਗੀ ਇੱਥੇ ਤੋਂ ਸਟੇਸ਼ਨ ਹੈ ਨਹੀਂ ਨਹੀਂ ਇਹ ਨਾਲ ਜਾਣਗੇ ਚਲੋ ਇਹ ਲੱਖ ਫੜ ਉਹ ਉੱਠੋ चलो मोबाइल भी चौक लो मेरा चलो ओ मैडम जी भूख लगी है ਭੁੱਖ ਲੱਗੀ ਏ ਹੁਣ ਭੁੱਖ ਲੱਗੀ ਏ ਇੱਥੇ ਮੇਰੇ ਮਾਮੇ ਦਾ ਹੋਟਲ ਲੈ ਕੇ ਆ ਸੀ ਕਿ ਨਾਲ ਨਾ ਆਓ ਫੜਾ ਮੈਨੂੰ ਬੈਗ ਜਾਓ ਖਾ ਲਓ ਖਾਣਾ ਘਰ ਜਾ ਕੇ ਨਾ 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 ਇਹ ਕੰਮ ਅਸੀਂ ਨਹੀਂ ਕਰ ਸਕਦੇ ਮੋਟੂ ਇਹਨੂੰ ਦੱਸ ਚੌਧਰੀ ਕੀ ਆਖਿਆ ਈ ਚੌਧਰੀ ਆਪਾਂ ਨੂੰ ਆਖਿਆ ਭਾਈ ਜੇ ਟ੍ਰੇਨ ਦੀ ਆਵਾਜ਼ ਆਵੇ ਨਾ ਕੂ ਚਿਕ 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 ਤਾਂ ਅਸੀਂ ਜਾਵਣਾ ਟ੍ਰੇਨ 'ਚ ਤੈਨੂੰ ਬਵਾ ਕੇ ਅੱਛਾ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਪੈਸੇ ਵੀ ਦੇਣੀ ਆ ਤੇ ਜਾ ਕੇ ਖਾਣਾ ਖਾ ਲਓ ਤੇ ਬੈਗ ਮੈਨੂੰ ਫੜਾ ਦੇ ਓ ਨਾ 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 ਇਹ ਗਲਤੀ ਅਸੀਂ ਨਹੀਂ ਕਰ ਸਕਦੇ ਅਸਾਂ ਤੈਨੂੰ ਕੱਲਾ ਨਹੀਂ ਛੋੜ ਸਕਦੇ ਠੀਕ ਹੈ ਚਲੋ ਓਏ ਕਿਨਾਂ ਨੂੰ ਨਾਲ ਲੈ ਜਾਂਦੀ ਕਾਰਟੂਨਾ ਜਿਆਂ ਨੂੰ ਮੈਂ ਕਿਹਾ ਵੀ ਸੀ ਕਿ ਕੱਲੀ ਆਈ ਸਟੇਸ਼ਨ ਤੇ ਓਏ ਛੋਟੇ ਮੋਟੇ ਤੁਹਾਡੀ ਜਾਨ ਛੁੱਟ ਗਈ ਐ ਸਟੇਸ਼ਨ ਜਾ ਰਹੇ ਮੈਂ ਨਾਲ ਚਲੀ ਜਾਾਂਗੀ ਮੇਰਾ ਬੈਗ ਮੈਨੂੰ ਫੜਾ ਤੁਹਾਨੂੰ ਭੁੱਖ ਲੱਗੀ ਸੀ ਨਾ ਹਾਂ ਹਾਂ ਓ ਕੇਲੇ ਵੀ ਲੈ ਲਓ ਹਾਂ ਹਾਂ ਕੇਲੇ ਖਾਓ ਚਲੋ ਤੁਸੀਂ ਕੇਲੇ ਖਾਓ ਮੈਂ ਚੱਲੀ ਆ ਨਾ 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 ਮਟੂ ਇਹਨੂੰ ਦੱਸ ਚੌਧਰੀ ਕੀ ਆਖਿਆ ਈ ਚਿਕ 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 ਅਸਾਂ ਇਹਨੂੰ ਨਹੀਂ ਜਾਵਣ ਦੇਵਣਾ ਤੋੜ ਛੋੜ ਕੇ ਆਵਣਾ ਹੈ ਤੁਹਾਨੂੰ ਭੁੱਖ ਲੱਗੀ ਆ ਹਾਂ ਕੇਲੇ ਖਾਓ ਇਹਨਾਂ ਨੂੰ ਸਾਰੇ ਦੇ ਦੇ ਨਾ 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 ਮੋਟੂ ਇਹਨੂੰ ਦੱਸ ਚੌਧਰੀ ਕੀ ਆਖਿਆ ਈ ਚਿਕ 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 ਓਏ ਕੇਲੇ ਇਧਰ ਦਿਓ ਚਬਲ ਜਾ ਨਾ ਆਉਣ ਬਸ ਹੁਣ ਰਾਜ਼ੀ ਹੋ ਨਾ
तेनू कला छोड़ दे तब ते भी खा मोटू लगता ए दो हथ करने पौसे नहीं भाई मैं थोड़े न लड़न नहीं आया मेरी काली दी बड़ी अच्छी दोस्त है अच्छा ए चक्कर है हां छोटू समझिया कर ए मेरा बड़ा अच्छा दोस्त है अस कठे पढ़ने है ए फड़ 1000 रुपया ते तू घर चल ना 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 ओ पैसे पूछे रान दे तू मैनु बगैरत समझा तेरी किसवा एनु मैं तेरे नाल गल देसा हां यार एला 1000 और फड़ 1000 कर लेना हुन चले जाओ ना 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 ओए असो कोई चबल नहीं के 2000 लेके इनु तेरे नाल गल दईए आए तेरी गल समझी दी है ओ की समझी दी होंदी ओ सानू तू बेगैरत समझ ले आए असी हराम दे आए असी को कमीने आए ओ जाओ ए 2000 तोडे कोले खाओ पियो ऐश करो ते मेरी काली दी दोस्त ने मेरे नाल भेजो हां हां छोटू ए मेरा बड़ा अच्छा दोस्त है ओ तू सानू बेगैरत समझ ले आए असो उस घर दा नमक खादा है असो को चबल नहीं फड़ अपना 2000 रुपया असी हलाली है असी हरामी नहीं असो उस गर्दन नमक खा दो है और तेरी की सलाह है 2000 दे पीछे असी वेख जावांगे कम से कम 5000 तो होना चाहिए है।